जानकारी देंदियां डीएसपी राजबीर सिंह ने दसिया कि एसएसपी दे दिशा निर्देशां ते लोकां नूं सुरक्षित होण ते पुलिस दा सहयोग करन दा सुनेहा देण लई सैकड़े पुलिस कर्मचारियों समेत फ्लैग मार्च कढ़िया गया अते नाका लगा के गड्डियां ते दो पहिया वाहनां दे चलान कटे गए। उन्हां लोकां नूं अपील कीती कि अपनियां गड्डियां दे दस्तावेज ड्राइविंग करदे समय अपने नाल रखण तां जो पता लग सके कि केड़ी गड्डी चोरी दी है। इस दे नाल ही उन्होंने लोगों नूं ड्राइविंग करते समय हैलमेट पाउण अते सीट बैल्ट लगाउण जे ट्रैफिक नियमों की पालना करन दी भी हदायत दित्ती। उन्हां दुकानदारां नूं भी अपील कीती कि ट्रैफिक नूं सुचारू करन लई अपनियां दुकानां दे बाहर समान ना रख्या जावे। उन्हां कहा कि पंजाब सरकार दीआं हदायतां ते पुलिस वल्लों ट्रैफिक नियमों की पालना ना करन अते दस्तावेज पूरे ना रखण वालियां खिलाफ अभियान शुरू किया गया जिस तहत 92 चलान कटे गए ने अते 5 गड्डियां बाउंट कीतियां गईयां ने। साडे मानयोग एसएसपी साहब गुरदासपुर जी वल्लों चलाई गई स्पैशल मुहिम दे तहत जिहड़ा वा गुरदासपुर शहर दे विच जिहड़ा वा सारे फ्लैग मार्च किया गया वा ते इस दे संबंध दे विच जिहड़ा वख-वख जगह दे उत्ते वख-वख पुलिस पार्टियां ने नाके लगा के जिहड़ी आ ਵੱਧ ਤੋਂ ਵੱਧ ਜਿਹੜੇ ਆ ਅੱਜ ਜਿਹੜੇ ਜਿਨ੍ਹਾਂ ਲੋਕ ਜਿਹੜੇ ਵਾਇਓਲੇਸ਼ਨ ਕਰਦੇ ਸੀਗੇ ਕੋਈ ਪਟਾਕੇ ਚਲਾਉਂਦੇ ਆ ਜਾਂ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਸੀ ਜਾਂ ਜਿਨ੍ਹਾਂ ਦੇ ਵਹੀਕਲਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਰੱਖਦੇ ਜਾਣ ਬੁੱਝ ਕੇ ਉਹਨਾਂ ਦੇ ਅਸੀਂ ਅੱਜ ਜਿਹੜੀ ਸਪੈਸ਼ਲ ਮੁਹਿੰਮ ਚਲਾ ਕੇ 92 ਜਿਹੜੇ ਆ ਉਹ ਚਲਾਨ ਕੱਟੇ ਆ ਅਤੇ 5 ਜਿਹੜੇ ਆ ਬਾਈਕ ਜਿਹੜੀਆਂ ਵਾ ਉਹ ਇੰਪਾਊਂਡ ਕੀਤੀਆਂ ਆ ਜਿਨ੍ਹਾਂ ਦੇ ਵਿੱਚੋਂ ਕੁਝ ਜਿਹੜੇ ਚੈੱਕ ਕੀਤੇ ਗਏ ਜਿਹੜੇ ਉਹ ਪਟਾਕੇ ਵੀ ਜਿਨ੍ਹਾਂ ਦੇ ਵਿੱਚ ਲਾਏ ਹੋਏ ਸੀ ਸੰਦ ਉਹਨਾਂ ਦੇ ਵੀ ਉਤਾਰੇ ਗਏ ਆ ਕੁਝ ਜਿਹੜੇ ਵਿੱਚੋਂ 4-wheeler ਦੇ ਵੀ ਜਿਹੜੇ ਆ ਉਹ ਚਲਾਨ ਕੀਤੇ ਗਏ ਆ ਅਤੇ ਅਸੀਂ ਲੋਕਾਂ ਨੂੰ ਇਹੋ ਅਪੀਲ ਕਰਦੇ ਹਾਂ ਵੀ ਆਪਣੇ ਜਿਹੜੇ ਵਹੀਕਲਾਂ ਦੇ ਕਾਗਜ਼ ਪੱਤਰ ਪੂਰੇ ਰੱਖੋ ਤਾਂ ਹੀ ਸਾਨੂੰ ਪਤਾ ਲੱਗੇਗਾ ਵੀ ਇਹ ਵਹੀਕਲ ਜਿਹੜੇ ਆ ਸਹੀ ਆ ਤਾਂ ਹੀ ਇਸ ਤੋਂ ਡਾਕੂਮੈਂਟ ਤੋਂ ਹੀ ਪਤਾ ਲੱਗੇਗਾ। ਇਸ ਤੋਂ ਇਲਾਵਾ ਜਿਹੜੇ ਆਪਣੇ ਸੀਟ ਬੈਲਟ ਲਾ ਕੇ ਰੱਖੋ, ਗੱਡੀ ਚਲਾਉਂਦੇ ਆ ਮੋਬਾਈਲ ਫੋਨ ਨਾ ਚਲਾਓ ਤਾਂ ਕਿ ਜਿਹੜੇ ਇੰਨੇ ਜ਼ਿਆਦਾ ਕੈਜੂਅਲਟੀਆਂ ਹੋ ਰਹੀਆਂ ਵਾ ਉਹ ਨਾ ਹੋਣ, ਲੋਕ ਜ਼ਖਮੀ ਨਾ ਹੋਣ। ਅਤੇ ਅਸੀਂ ਲੋਕਾਂ ਨੂੰ ਇਹੋ ਬੇਨਤੀ ਕਰਦੇ ਹਾਂ ਵੀ ਟ੍ਰੈਫਿਕ ਦੇ ਨਿਯਮਾਂ ਦੀ ਪੂਰੀ ਪਾਲਣਾ ਕਰੋ। ਹਾਂਜੀ, ਅਸੀਂ ਸਾਰੇ ਦੁਕਾਨਦਾਰ ਵਾਸੀਆਂ ਨੂੰ ਵੀ ਇਹ ਅਪੀਲ ਕਰਦੇ ਹਾਂ ਵੀ ਜੇ ਤੁਹਾਡੀਆਂ ਦੁਕਾਨਾਂ ਤਾਂ ਹੀ ਚੱਲਣਗੀਆਂ ਜੇ ਰਸਤੇ ਖੁੱਲ੍ਹੇ ਹੋਣਗੇ, ਜੇ ਕਿਸੇ ਤੁਹਾਡੇ ਕੋਲ ਗਾਹਕ ਤਾਂ ਹੀ ਆਏਗਾ ਜੇ ਬਾਜ਼ਾਰਾਂ ਦੇ ਵਿੱਚ ਰਸ਼ ਹੋਏਗਾ, ਤਾਂ ਫਿਰ ਉੱਧਰ ਬਾਜ਼ਾਰ ਵੱਲ ਨੂੰ ਕੋਈ ਨਹੀਂ ਆਉਂਦਾ। ਅਸੀਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਖਤੀ ਨਾਲ ਤਾਂ ਅਸੀਂ ਜਿਹੜੀ ਇਨਕੋਡਮੈਂਟ ਹਟਾ ਹੀ ਲੈਣੀ ਆ। ਤੁਸੀਂ ਆਪਣੇ ਆਪ ਹੀ ਆਪਣੇ ਇੱਕ ਚੰਗੇ ਨਾਗਰਿਕ ਬਣ ਕੇ, ਚੰਗੇ ਸਮਾਜ ਸੇਵੀ ਬਣ ਕੇ ਜਿਹੜੇ ਆ ਆਪੋ ਆਪਣੀਆਂ ਦੁਕਾਨਾਂ ਜੋ ਤੁਹਾਡੀ ਲਿਮਿਟ ਆ ਉਹਦੇ ਵਿੱਚ ਸਮਾਨ ਲਾਓ, ਸੜਕ ਨੂੰ ਜਿਹੜਾ ਕਵਰ ਨਾ ਕਰੋ।